ਇਨਸਾਨ ਅੱਜ ਭੱਜ ਦੌੜੀ ਦੇ ਵਿੱਚ ਮਸ਼ਰੂਫ ਹੈ ਸਵੇਰ ਤੋਂ ਉੱਠਦਾ ਹੈ ਤੇ ਉਸਦੇ ਦਿਮਾਗ ਵਿੱਚ ਆਪਣੇ ਦਿਨ ਵਾਲੇ ਕੰਮਾਂ ਦੌੜਨ ਲੱਗ ਪੈਂਦੇ ਨੇ ਹਫ਼ਤੇ ਦਾ ਕੋਈ ਵਿਰਲਾ ਦਿਨ ਹੀ ਹੁੰਦਾ ਹੈ ਜਦੋਂ ਇੱਕ ਬੰਦਾ ਚੈਨ ਦਾ ਸਾਹ ਲੈਂਦਾ ਹੈ ਐਤਵਾਰ ਦਾ ਦਿਨ ਉਹ ਦਿਨ ਹੈ ਜਦੋਂ ਇਨਸਾਨ ਨੂੰ ਥੋੜੀ ਜਿਹੀ ਵਿਹਲ ਮਿਲਦੀ ਹੈ ਬਹੁਤ ਸਾਰੇ ਲੋਕਾਂ ਦਾ ਜਾਂ ਕਹਿ ਲਓ ਤਰੱਕੀਪਸੰਦ ਲੋਕਾਂ ਦਾ ਇਹ ਮੰਨਣਾ ਹੈ ਕਿ ਐਤਵਾਰ ਤਰੱਕੀ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰਦਾ ਹੈ ਅੱਜ ਆਪਾਂ ਇਸੇ ਵਿਸ਼ੇ ਤੇ ਸੌਂਚ ਪਾਵਾਂਗੇ ਕਿ ਐਤਵਾਰ ਦੇ ਦਿਨ ਦਾ ਇਸਤੇਮਾਲ ਕਿਵੇਂ ਕਰੀਏ ਕਿ ਆਪਾਂ ਅੱਗੇ ਵਧੀਏ ਜਿੱਥੇ ਆਪਾਂ ਖੜੇ ਹਾਂ ਇਸ ਤੋਂ ਤਰੱਕੀ ਕਰਕੇ ਇੱਕ ਪੜਾਹੂਰ ਉੱਤੇ ਹੋ ਜਾਈਏ ਐਤਵਾਰ ਦਾ ਦਿਨ ਸਾਨੂੰ ਪਤਾ ਹੈ ਸਾਰੇ ਕੰਮਾਂ ਤੋਂ ਇੱਕ ਤਰ੍ਹਾਂ ਦੀ ਇਹ ਬ੍ਰੀਕ ਹੁੰਦੀ ਹੈ ਸਭ ਤੋਂ ਵੇਲਾ ਦਿਨ ਹੁੰਦਾ ਹੈ ਇਸ ਦਿਨ ਇੱਕ ਇਨਸਾਨ ਨੂੰ ਇਸ ਦਾ ਵੱਧ ਤੋਂ ਵੱਧ ਫਾਇਦਾ ਉਠਾਉਣਾ ਚਾਹੀਦਾ ਹੈ ਇੱਕ ਇਨਸਾਨ ਅੱਗੇ ਉਦੋਂ ਵੱਧਾ ਹੈ ਜਦੋਂ ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਮਨ ਨੂੰ ਚੈਨ ਮਿਲਦਾ ਹੈ ਸਿਆਣੇ ਕਹਿੰਦੇ ਨੇ ਕਿ ਜਿੰਨਾ ਕਿ ਤਰੱਕੀਆਂ ਦੇ ਲਈ ਇੱਕ ਇਨਸਾਨ ਦੀ ਸਿਹਤ ਜ਼ਰੂਰੀ ਹੈ ਇੱਕ ਇਨਸਾਨ ਦਾ ਤੰਤ ਜ਼ਰੂਰੀ ਹੈ ਉਹਨਾਂ ਵੀ ਉਹਦੇ ਮਨ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ ਅਹਿਮੀਅਤ ਰੱਖਦਾ ਹੈ ਤਾਂ ਹੀ ਕੋਈ ਬੰਦਾ ਆਪਣੇ ਕੰਮਕਾਰਾਂ ਦੇ ਵਿੱਚ ਕਾਮਯਾਬ ਹੁੰਦਾ ਜਾਵੇਗਾ ਤਾਂ ਹੀ ਕਾਮਯਾਬੀ ਇੱਕ ਇਨਸਾਨ ਦੇ ਕਦਮ ਚੁੰਮੇਗੀ ਜੇਕਰ ਉਹ ਤੰਦਰੁਸਤੀ ਦੇ ਨਾਲ ਨਾਲ ਆਪਣੀ ਸਿਹਤ ਦਾ ਖਿਆਲ ਦੇ ਨਾਲ ਨਾਲ ਆਪਣੇ ਦਿਮਾਗ ਦਾ ਖਿਆਲ ਰੱਖੇਗਾ ਆਪਣੇ ਜ਼ਿਹਨ ਦਾ ਖਿਆਲ ਰੱਖੇਗਾ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਮਨ ਦੀ ਸ਼ਾਂਤੀ ਮਿਲੇ ਤੇ ਇਹਦੇ ਲਈ ਸਭ ਤੋਂ ਵਧੀਆ ਥਾਂ ਹੈ ਗੁਰੂ ਘਰ ਬੰਦਾ ਕਿੰਨਾ ਵੀ ਪਟਕਿਆ ਹੋਵੇ ਮਨ ਦੇ ਵਿੱਚ ਕਿੰਨੀ ਵੀ ਪਟਕਣਾ ਚੱਲ ਰਹੀ ਹੋਵੇ ਜਦੋਂ ਇਨਸਾਨ ਗੁਰੂ ਘਰ ਜਾਂਦਾ ਹੈ ਤਾਂ ਉਹ ਸ਼ਾਂਤੀ ਮਿਲ ਜਾਂਦੀ ਹੈ ਤੇ ਐਤਵਾਰ ਤੋਂ ਵਧੀਆ ਹੋਰ ਕੋਈ ਦਿਨ ਨਹੀਂ ਹੋ ਸਕਦਾ ਕਿਸੇ ਤਰੀਕੇ ਦੇ ਕੰਮਕਾਰ ਦੀ ਕੋਈ ਫਿਕਰ ਨਹੀਂ ਹੁੰਦੀ ਕਿਸੇ ਨੂੰ ਉਸ ਦਿਨ ਅਸੀਂ ਉੱਤਰ ਨਹੀਂ ਦੇਣਾ ਕਿਸੇ ਨਾਲ ਕੋਈ ਜਵਾਬ ਦੇਈ ਨਹੀਂ ਸਵੇਰੇ ਵੀ ਜਾਓ ਤੇ ਸ਼ਾਮ ਨੂੰ ਵੀ ਜਾਓ ਐਤਵਾਰ ਦੇ ਦਿਨ ਦਾ ਵੱਧ ਤੋਂ ਵੱਧ ਇਸਤੇਮਾਲ ਇਸ ਤੋਂ ਬਿਹਤਰ ਤਰੀਕੇ ਨਾਲ ਹੋ ਹੀ ਨਹੀਂ ਸਕਦਾ ਐਤਵਾਰ ਦੇ ਦਿਨ ਦੋਵੇਂ ਵੇਲੇ ਜਾ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣਾ ਹੈ ਅਰਦਾਸ ਬੇਨਤੀ ਕਰਨੀ ਹੈ ਕਿ ਪ੍ਰਮਾਤਮਾ ਜਿਹੜੀ ਮਨ ਨੂੰ ਭਟਕਣਾ ਲੱਗੀ ਹੈ ਉਸ ਨੂੰ ਸ਼ਾਂਤੀ ਬਖਸ਼ ਤੇ ਜਿਹੜੇ ਟੀਚੇ ਮੈਂ ਸੋਚੇ ਨੇ ਜਿਹੜੇ ਮੈਂ ਗੋਲ ਨਿਰਧਾਰਤ ਕੀਤੇ ਨੇ ਉਥੋਂ ਤੱਕ ਪਹੁੰਚਣ ਦੇ ਵਿੱਚ ਮੇਰੀ ਮਦਦ ਕਰੇ ਪਰਮਾਤਮਾ ਸਾਡੀ ਮਦਦ ਜ਼ਰੂਰ ਕਰਨਗੇ ਇਹ ਐਤਵਾਰ ਦੇ ਦਿਨ ਕਰਨ ਵਾਲਾ ਸਭ ਤੋਂ ਪਹਿਲਾ ਤੇ ਜ਼ਰੂਰੀ ਕੰਮ ਹੈ ਕਿ ਗੁਰੂ ਘਰ ਜਾਣਾ ਹੈ ਸਵੇਰ ਵੇਲੇ ਵੀ ਸ਼ਾਮ ਵੇਲੇ ਵੀ ਦੂਸਰਾ ਇਸੇ ਦੇ ਨਾਲ ਸਬੰਧਿਤ ਕੰਮ ਹੈ ਪਾਠ ਕਰਨਾ ਅੱਜ ਕੱਲ੍ਹ ਵਿਗਿਆਨੀ ਲੋਕ ਵੀ ਇਹ ਮੰਨਣ ਲੱਗ ਪਏ ਨੇ ਕਿ ਮੈਡੀਟੇਸ਼ਨ ਜ਼ਰੂਰੀ ਹੈ ਤੁਸੀਂ ਦੇਖਿਆ ਹੋਵੇਗਾ ਕਿ ਵੈਸਟਰਨ ਕੰਟਰੀਜ਼ ਦੇ ਲੋਕ ਪੱਛਮੀ ਦੇਸ਼ਾਂ ਦੇ ਲੋਕ ਵੀ ਇਸ ਪਾਸੇ ਨੂੰ ਉਹਨਾਂ ਨੇ ਮੋੜਾ ਕੱਟਿਆ ਹੈ ਬੇਸ਼ੱਕ ਉੱਤਰਕੀਆਂ ਦੇ ਵਿੱਚ ਸਾਡੇ ਦੇਸ਼ਾਂ ਤੋਂ ਬਹੁਤ ਅੱਗੇ ਨੇ ਪਰ ਉਹ ਕਹਿੰਦੇ ਨੇ ਕਿ ਜਿਹੜੀ ਜੈਨੀ ਸਿਹਤ ਹੈ ਭਾਵ 멘ਟਲ ਹੈਲਥ ਹੈ ਉਹ ਸਭ ਤੋਂ ਮਹੱਤਵਪੂਰਨ ਹੈ 멘ਟਲ ਹੈਲਥ ਤੋਂ ਭਾਵ ਕਿ ਸਾਡੇ ਮਨ ਦੀ ਸ਼ਾਂਤੀ ਤੇ 멘ਟਲ ਹੈਲਥ ਕਦੋਂ ਸਾਡੀ ਸੰਤੁਲਨ ਦੇ ਵਿੱਚ ਰਹੇਗੀ ਜਦੋਂ ਅਸੀਂ ਮੈਡੀਟੇਟ ਕਰਾਂਗੇ ਜਦੋਂ ਅਸੀਂ ਇਕਾਗਰ ਹੋਵਾਂਗੇ ਜਦੋਂ ਪ੍ਰਮਾਤਮਾ ਦਾ ਨਾਮ ਜਪਾਂਗੇ ਇਸ ਕਰਕੇ ਅਸੀਂ ਜਪਜੀ ਸਾਹਿਬ ਤੋਂ ਸਟਾਰਟ ਕਰੀਏ ਜਪਜੀ ਸਾਹਿਬ ਤੋਂ ਸ਼ੁਰੂ ਹੋਈਏ ਫਿਰ ਹੌਲੀ-ਹੌਲੀ ਹਫ਼ਤੇ ਦੇ ਹਰ ਇੱਕ ਦਿਨ ਕਰੀਏ ਫਿਰ ਅਸੀਂ ਕਮਾਂਕਾਰਾਂ ਤੇ ਜਾਂਦੇ ਆਉਂਦੇ ਵੀ ਜਪਜੀ ਸਾਹਿਬ ਦਾ ਪਾਠ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਜਿਵੇਂ ਸਾਨੂੰ ਦੱਸਿਆ ਗਿਆ ਹੈ ਰਹਿਤ ਮਰਿਆਦਾ ਦੇ ਵਿੱਚ ਕਿ ਪੰਜ ਬਾਣੀਆਂ ਹੌਲੀ-ਹੌਲੀ ਇੱਕ ਤੋਂ ਸ਼ੁਰੂਆਤ ਕਰੀਏ ਫਿਰ ਦੂਜੀ ਤੇ ਜਾਈਏ ਰਹਿਰਾਸਾਹਿਬ ਕਰੀਏ ਫਿਰ ਜਗਜੀ ਸਾਹਿਬ ਕਰੀਏ ਫਿਰ ਅਨੰਦ ਸਾਹਿਬ ਫਿਰ ਜਾਪ ਸਾਹਿਬ ਜਿਵੇਂ ਜਿਵੇਂ ਸਾਡਾ ਅਧਿਆਸ ਵੱਧਦਾ ਜਾਵੇਗਾ ਓਵੇਂ ਓਵੇਂ ਅਸੀਂ ਜਿਹੜਾ ਹੈ ਆਪਣੇ ਨੇਮ ਦੇ ਵਿੱਚ ਐਡੀਸ਼ਨ ਕਰਦੇ ਜਾਵਾਂਗੇ ਨੇਮ ਦੇ ਵਿੱਚ ਜਿਹੜਾ ਹੈ ਇੱਕ ਇੱਕ ਕਰਕੇ ਪਾਠਾਂ ਨੂੰ ਜੋੜਦੇ ਜਾਵਾਂਗੇ ਸੋ ਇਸ ਤਰੀਕੇ ਨਾਲ ਵੀ ਅਸੀਂ ਤਰੱਕੀ ਦੇ ਵੱਲ ਹੀ ਇੱਕ ਕਦਮ ਵਧਾ ਰਹੇ ਹੋਵਾਂਗੇ ਇਸ ਤੋਂ ਅਗਲੀ ਗੱਲ ਤੀਜਾ ਜ਼ਰੂਰੀ ਕੰਮ ਜਿਹੜਾ ਐਤਵਾਰ ਦੇ ਦਿਨ ਅਸੀਂ ਕਰ ਸਕਦੇ ਹਾਂ ਉਹ ਇਹ ਹੈ ਕਿ ਹਫ਼ਤੇ ਦੇ ਜ਼ਰੂਰੀ ਕੰਮਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਪਲੈਨਿੰਗ ਕਰ ਲੈਣੀ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਸਵੇਰ ਤੋਂ ਲੈ ਕੇ ਜਦੋਂ ਆਪਾਂ ਉੱਠੇ ਹਾਂ ਸ਼ਾਮ ਤੱਕ ਤੁਰੇ ਫਿਰਦੇ ਹਾਂ ਇੱਕ ਵਾਰੀ ਜਦੋਂ ਤੁਸੀਂ ਇਹ ਗੱਲਬਾਤ ਸੁਣ ਰਹੇ ਹੋ ਥੋੜਾ ਜਿਹਾ ਤੁਸੀਂ ਅੰਦਾਜ਼ਾ ਲਾਇਓ ਕਿ ਕਿੰਨੇ ਅਸੀਂ ਅੱਜ ਗੈਰ ਜ਼ਰੂਰੀ ਕੰਮ ਕੀਤੇ ਨੇ ਤੇ ਕਿੰਨੇ ਜ਼ਰੂਰੀ ਕੰਮ ਕੀਤੇ ਨੇ ਬਹੁਤ ਸਾਰੇ ਲੋਕ ਜਦੋਂ ਇਸ ਚੀਜ਼ ਦਾ ਅੰਦਾਜ਼ਾ ਲਗਾ ਰਹੇ ਹੋਣਗੇ ਤੇ ਉਹ ਜਦੋਂ ਪੋਟਿਆਂ ਤੇ ਗਿਣਨਗੇ ਆਪਣੀ ਗਿਣਤੀ ਦੇ ਵਿੱਚੋਂ ਵੇਖਣਗੇ ਕਿ ਗੈਰ ਜ਼ਰੂਰੀ ਕੰਮ ਮੈਂ ਜ਼ਿਆਦਾ ਕੀਤੇ ਨੇ ਸਮਾਂ ਬਰਬਾਦ ਮੈਂ ਜ਼ਿਆਦਾ ਕੀਤਾ ਹੁਣ ਸਮਾਂ ਜਿਹੜਾ ਬਰਬਾਦ ਹੁੰਦਾ ਹੈ ਉਸ ਨੂੰ ਬਚਾਇਆ ਕਿਵੇਂ ਜਾਵੇ ਉਸਦੀ ਪਲੈਨਿੰਗ ਕਰ ਸਕਦੇ ਹਾਂ ਕਿ ਸੋਮਵਾਰ ਮੈਂ ਆ ਕੰਮ ਕਰਨੇ ਆ ਮੰਗਲਵਾਰ ਆ ਕਰਨੇ ਆ ਬੁੱਧਵਾਰ ਆ ਵੀਰਵਾਰ ਆ ਇਸ ਤਰੀਕੇ ਦੇ ਨਾਲ ਜੇ ਮੈਂ ਕੋਈ ਚੀਜ਼ ਪੜ ਰਿਹਾ ਤਾਂ ਮੈਂ ਉਹਦੇ ਇੰਨੇ ਪੰਨੇ ਫੜਨੇ ਨੇ ਇੰਨੇ ਪੇਜ ਪੜਨੇ ਨੇ ਜੇ ਮੈਂ ਕੋਈ ਚੀਜ਼ ਸਿੱਖ ਰਿਹਾ ਤਾਂ ਇਸ ਹਫ਼ਤੇ ਦੇ ਮੱਧ ਤੱਕ ਮੈਂ ਇੰਨੀ ਸਿੱਖ ਲੈਣੀ ਹੈ ਜੇ ਮੈਂ ਕੋਈ ਨਵੀਂ ਚੀਜ਼ ਦਾ ਅਭਿਆਸ ਕਰ ਰਿਹਾ ਤੇ ਮੈਂ ਇਸ ਹਫ਼ਤੇ ਦੇ ਵਿੱਚ ਇਥੋਂ ਤੱਕ ਪਹੁੰਚ ਜਾਣਾ ਆਪਣੇ ਛੋਟੇ ਛੋਟੇ ਕਰਕੇ ਜਦੋਂ ਆਪਾਂ ਗੋਲ ਨਿਰਧਾਰਤ ਕਰਾਂਗੇ ਟੀਚੇ ਰੱਖਾਂਗੇ ਨਾ ਤੇ ਆਪਣੇ ਆਪ ਆਪਾਂ ਸਫਲਤਾ ਦੀ ਪੌੜੀ ਚੜਦੇ ਜਾਵਾਂਗੇ ਤੇ ਸਾਨੂੰ ਔਖਾ ਵੀ ਨਹੀਂ ਲੱਗੇਗਾ ਦੁੱਖ ਵੀ ਨਹੀਂ ਲੱਗੇਗਾ ਤੁਸੀਂ ਦੇਖਿਆ ਹੋਵੇਗਾ ਕਿ ਕੁਝ ਬੱਚੇ ਹੁੰਦੇ ਨੇ ਉਹ ਸ਼ੁਰੂਆਤ ਤੋਂ ਪੜਨ ਲੱਗ ਪੈਂਦੇ ਨੇ ਪੇਪਰ ਆਉਣ ਤੱਕ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦੀ ਪੇਪਰ ਆਉਣ ਤੋਂ ਇੱਕ ਹਫ਼ਤਾ ਤੱਕ ਬੜੇ ਰਿਲੈਕਸ ਤਰੀਕੇ ਫਿਰਦੇ ਨੇ ਉਹਨਾਂ ਦੇ ਮਨ ਤੇ ਕੋਈ ਚਿੰਤਾ ਨਹੀਂ ਮੱਥੇ ਤੇ ਉਹਨਾਂ ਦੇ ਕੋਈ ਤਿਉੜੀ ਨਹੀਂ ਦੂਜੇ ਬੱਚੇ ਉਹ ਨੇ ਜਿਨ੍ਹਾਂ ਨੇ ਸਾਰਾ ਸਾਲ ਖੇਡ ਦੇ ਵਿੱਚ ਜਾਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਦੇ ਵਿੱਚ ਖੇਡ ਵੀ ਉਹ ਜਿਹੜੀ ਜਮਾ ਫालतੂ ਹੈ ਮੋਬਾਈਲਾਂ ਦੇ ਉੱਤੇ ਗੇਮਾਂ ਦੇ ਉੱਤੇ ਸਮਾਂ ਗਵਾ ਲਿਆ ਤੇ ਜਦੋਂ ਪੇਪਰ ਆ ਗਏ ਨੇ ਐਗਜ਼ਾਮ ਨੇੜੇ ਆ ਗਏ ਨੇ ਉਦੋਂ ਤੁਸੀਂ ਉਹਨਾਂ ਦੇ ਚਿਹਰੇ ਦੇਖਿਓ ਉਦੋਂ ਬਿਲਕੁਲ ਉਲਝੇ ਪਏ ਹੁੰਦੇ ਨੇ ਚਿੰਤਾ ਪਈ ਹੁੰਦੀ ਹੈ ਖਰੇ ਪਾਸ ਹੋਵਾਂਗੇ ਕਿ ਨਹੀਂ ਜੇ ਹੋਗੇ ਤੇ ਕਿੰਨੇ ਕ ਨੰਬਰ ਆਉਣਗੇ ਘਰਦਿਆਂ ਨੂੰ ਕੀ ਜਵਾਬ ਦੇਵਾਂਗੇ ਜਿਹੜੇ ਬੱਚੇ ਸ਼ੁਰੂਆਤ ਤੋਂ ਕੰਮ ਕਰਦੇ ਨੇ ਪੜ੍ਹਦੇ ਨੇ ਪਲੈਨਿੰਗ ਕਰਕੇ ਚੱਲਦੇ ਨੇ ਉਹ ਸਫਲਤਾ ਵੱਲ ਨੂੰ ਤੁਰ ਜਾਂਦੇ ਨੇ ਉਸੇ ਤਰ੍ਹਾਂ ਅਸੀਂ ਆਮ ਜ਼ਿੰਦਗੀ ਦੇ ਵਿੱਚ ਜੇਕਰ ਇੱਕ ਗੋਲ ਦੀ ਇੱਕ ਟੀਚੇ ਦੀ ਅਸੀਂ ਪਲੈਨਿੰਗ ਕਰਾਂਗੇ ਨਾ ਤੇ ਅਸੀਂ ਇੱਕ ਇੱਕ ਕਰਕੇ ਜਿਹੜੀ ਮੰਜ਼ਲ ਹੈ ਉਸ ਅਨੁਸਾਰ ਕਰਦੇ ਜਾਵਾਂਗੇ ਤੇ ਸਾਨੂੰ ਦੁੱਖ ਤਕਲੀਫ ਨਹੀਂ ਲੱਗੇਗੀ ਔਖਾ ਨਹੀਂ ਲੱਗੇਗਾ ਕੁਝ ਵੀ ਚੌਥਾ ਜਿਹੜਾ ਮਹੱਤਵਪੂਰਨ ਕੰਮ ਹੈ ਅਸੀਂ ਹਰ ਹਾਲਤ ਦੇ ਵਿੱਚ ਕਰਨਾ ਹੈ ਅੱਜ ਦੇ ਸਮੇਂ ਦੀ ਉਹ ਲੋੜ ਹੈ ਉਹ ਕਿਹੜਾ ਕੰਮ ਹੈ ਉਹ ਕੰਮ ਹੈ ਕਿ ਅਸੀਂ ਆਪਣੇ ਮਾਂ ਪਿਓ ਦੇ ਨਾਲ ਸਮਾਂ ਬਤਾਉਣਾ ਹੈ ਆਪਣੇ ਬੱਚਿਆਂ ਦੇ ਨਾਲ ਆਪਣੇ ਜੀਵਨ ਸਾਥੀ ਦੇ ਨਾਲ ਸਮਾਂ ਬਤਾਉਣਾ ਹੁੰਦਾ ਕੀ ਹੈ ਆਮ ਇਨਸਾਨ ਭੱਜ ਦੌੜ ਦੇ ਵਿੱਚ ਹਫਤੇ ਦੇ 5 ਦਿਨ ਸ਼ੀਦਨ ਗੁੱਲ ਕਰ ਲੈਂਦਾ ਹੈ ਆਪਣੇ ਕੰਮਾਂ ਕਰਾਉਣ ਨੂੰ ਦੇ ਲੈਂਦਾ ਹੈ ਕੰਮਕਾਰ ਤੋਂ ਆਉਂਦਾ ਹੈ ਰੋਟੀ ਪਾਣੀ ਖਾਂਦਾ ਹੈ ਥੋੜਾ ਬਹੁਤ ਤੁਰਦਾ ਫਿਰਦਾ ਹੈ ਸੌਣ ਦਾ ਵੇਲਾ ਹੋ ਜਾਂਦਾ ਹੈ ਅਗਲੇ ਦਿਨ ਉੱਠਦਿਆਂ ਉਸ ਨੂੰ ਇੱਕੋ ਚਿੰਤਾ ਹੁੰਦੀ ਹੈ ਕਿ ਮੈਂ ਕੰਮ ਤੇ ਜਾਣਾ ਇਸ ਤਰੀਕੇ ਨਾਲ 5 ਦਿਨ ਕੱਢ ਲਏ ਮੰਨ ਲਓ ਕੋਈ ਬੰਦਾ ਸ਼ਨੀਵਾਰ ਵੀ ਕੰਮ ਕਰਦਾ ਹੈ ਉਹਦਾ ਛੇਵਾਂ ਦਿਨ ਵੀ ਨਹੀਂ ਚੱਲਿਆ ਗਿਆ 7ਵੇਂ ਦਿਨ ਉਹ ਕੀ ਕਰਦਾ ਹੈ ਜਾਂ ਤਾਂ ਸੌਂ ਕੇ ਸਮਾਂ ਗਵਾ ਲੈਂਦਾ ਹੈ ਜਦੋਂ ਫਿਰ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਸੇ ਰਿਸ਼ਤੇਦਾਰ ਕੋਲ ਨਿਕਲ ਜਾਂਦਾ ਹੈ ਸੱਤਵਾਂ ਦਿਨ ਵੀ ਖਰਾਬ ਕਰ ਲਿਆ ਹੋਣਾ ਕੀ ਚਾਹੀਦਾ ਕਿ ਇੱਕ ਦਿਨ ਜਿਹੜਾ ਸਾਡੇ ਕੋਲ ਫੁਰਸਤ ਦਾ ਹੈ ਵਿਲਾ ਹੈ ਉਸ ਦਿਨ ਅਸੀਂ ਗੁਰੂ ਘਰ ਜਾ ਆਏ ਅਸੀਂ ਪਾਠ ਵੀ ਕਰ ਲਿਆ ਤੇ ਹੁਣ ਉਹ ਬਾਕੀ ਦਾ ਜਿਹੜਾ ਵੇਲਾ ਹੈ ਉਹ ਪਰਿਵਾਰ ਨਾਲ ਬਿਤਾਈਏ ਉਹਨਾਂ ਦੇ ਦੁੱਖ ਸੁਣੀਏ ਉਹਨਾਂ ਦੇ ਸੁੱਖ ਸੁਣੀਏ ਉਹਨਾਂ ਦੇ ਨਾਲ ਚਾਰ ਹੱਸ ਕੇ ਗੱਲਾਂ ਕਰੀਏ ਇਸ ਤਰੀਕੇ ਨਾਲ ਇਕਤਾ ਪਰਿਵਾਰ ਇਕਜੁੱਟ ਰਹੇਗਾ ਆਪਾਂ ਨੂੰ ਸਮੱਸਿਆਵਾਂ ਦਾ ਪਤਾ ਲੱਗੇਗਾ ਕਿ ਸਾਡੇ ਪਰਿਵਾਰ ਦੇ ਵਿੱਚ ਕੀ ਦਿੱਕਤ ਹੈ ਕੀ ਪਰੇਸ਼ਾਨੀ ਹੈ ਉਸ ਨੂੰ ਹੱਲ ਵੀ ਕਰ ਦਿਆਂਗੇ ਹੱਲ ਕਰਨ ਦੀ ਘੱਟੋ-ਘੱਟ ਕੋਸ਼ਿਸ਼ ਤਾਂ ਕਰਾਂਗੇ ਇੰਨੇ ਵਿੱਚ ਹੀ ਮਾਪੇ ਖੁਸ਼ ਹੋ ਜਾਂਦੇ ਨੇ ਕਿ ਸਾਡਾ ਬੱਚਾ ਸਾਡੇ ਲਾਗੇ ਬੈੰਦਾ ਸਾਡੀ ਗੱਲਬਾਤ ਸੁਣਦਾ ਮਾਪੇ ਉਹਨੂੰ ਇਸ ਤੋਂ ਵੱਧ ਕੇ ਹੋਰ ਕੁਝ ਨਹੀਂ ਚਾਹੀਦਾ ਤੁਸੀਂ ਕੀ ਕਮਾਈ ਕਰਦੇ ਹੋ ਤੁਸੀਂ ਕਿੰਨੇ ਪੈਸੇ ਬਣਾਉਂਦੇ ਹੋ ਇਸ ਦੇ ਨਾਲ ਮਾਪੇ ਉਹਨੂੰ ਉਹਨਾ ਫਰਕ ਨਹੀਂ ਪੈਂਦਾ ਜਿੰਨਾ ਇਸ ਚੀਜ਼ ਨਾਲ ਪੈਂਦਾ ਕਿ ਸਾਡਾ ਬੱਚਾ ਸਾਡੀ ਗੱਲ ਸੁਣਦਾ ਹੈ ਕਿ ਨਹੀਂ ਸਾਡੇ ਲਾਗੇ ਬੈੰਦਾ ਹੈ ਕਿ ਨਹੀਂ ਸੋ ਇਹ ਚੀਜ਼ਾਂ ਵੱਧ ਮਹੱਤਵਪੂਰਨ ਨੇ ਪੰਜਵੀਂ ਗੱਲ ਕੀ ਹੈ ਬਹੁਤ ਮਹੱਤਵਪੂਰਨ ਗੱਲ ਹੈ ਤੁਹਾਡੇ ਗੁਰੂਆਂ ਨੇ ਵੀ ਸਾਨੂੰ ਇਹੀ ਕਿਹਾ ਕਿ ਕੁਦਰਤ ਦਾ ਅਸੀਂ ਖਾਸ ਖਿਆਲ ਰੱਖਣਾ ਹੈ ਕੁਦਰਤ ਦੇ ਨਾਲ ਅਸੀਂ ਸਮਾਂ ਬਤਾਉਣ ਲੱਗੀਏ ਜਿਹੜੀ ਲੋਕ ਕਾਮਯਾਬ ਨੇ ਤੁਸੀਂ ਦੇਖੋ ਉਹ ਆਪਣਾ ਸਮਾਂ ਕੁਦਰਤ ਦੇ ਲਈ ਕੱਢ ਕੇ ਰੱਖਦੇ ਨੇ ਕੁਦਰਤ ਦੇ ਵਿੱਚ ਜਾਈਏ ਮਿੱਟੀ ਦੇ ਨਾਲ ਸਮਾਂ ਬਤਾਈਏ ਰੁੱਖਾਂ ਫੁੱਲਾਂ ਬੂਟੀਆਂ ਦੇ ਨਾਲ ਸਮਾਂ ਬਤਾਈਏ ਅੱਜ ਕੱਲ ਤੁਸੀਂ ਦੇਖਿਆ ਹੋਵੇਗਾ ਇੱਕ ਗੱਲ ਬੜੀ ਚਰਚਿਤ ਹੈ ਸੋਸ਼ਲ ਮੀਡੀਆ ਦੇ ਉੱਤੇ ਕਿ ਜਿਨ੍ਹਾਂ ਲੋਕਾਂ ਨੂੰ ਬਹੁਤ ਸਾਰੇ ਸਰੀਰ ਦੇ ਦੁੱਖ ਨੇ ਕਸ਼ਟ ਨੇ ਕਿਸੇ ਦੇ ਗੋਡੇ ਦੁੱਖਦੇ ਨੇ ਕਿਸੇ ਦੇ ਗਿੱਟੀ ਦੁੱਖਦੇ ਨੇ ਕਿਸੇ ਨੂੰ ਐਸਿਡ ਦੀ ਬਿਮਾਰੀ ਹੈ ਤੇ ਉਹਦੇ ਬਾਰੇ ਦੱਸਿਆ ਇਹ ਜਾਂਦਾ ਹੈ ਕਿ ਨੰਗੇ ਪੈਰ ਜਾਨੀ ਕਿ ਪੈਰਾਂ ਦੇ ਵਿੱਚ ਚੱਪਲ ਨਾ ਪਾਈ ਹੋਵੇ ਬੂਟ ਨਾ ਪਾਇਆ ਹੋਵੇ ਕੁਛ ਨਾ ਪਾਇਆ ਹੋਵੇ ਤੇ ਉਹ ਮਿੱਟੀ ਦੇ ਉੱਤੇ ਚੱਲੇ ਜੇ ਕੋਈ ਬੰਦਾ ਇਸ ਤਰ੍ਹਾਂ ਅੱਧਾ ਘੰਟਾ ਪੌਣਾ ਘੰਟਾ 1 ਘੰਟਾ ਚੱਲੇਗਾ ਤੇ ਉਸ ਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਪਹਿਲੇ ਮਹੀਨੇ ਦੇ ਅੰਦਰ ਸੋ ਕਿਤਨਾ ਕਿਤੇ ਮਿੱਟੀ ਜਿਹੜੀ ਹੈ ਉਹ ਕੁਦਰਤ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਸੋ ਜਿਹੜਾ ਬੰਦਾ ਮਿੱਟੀ ਦੇ ਨਾਲ ਸਮਾਂ ਬਿਤਾ ਰਿਹਾ ਹੈ ਮਿੱਟੀ ਉਸ ਨੂੰ ਬਦਲੇ ਦੇ ਵਿੱਚ ਕਿੰਨਾ ਵੱਡਾ ਤੋਹਫਾ ਦਿੰਦੀ ਹੈ ਇਸ ਤਰੀਕੇ ਦੇ ਨਾਲ ਇਹ ਪੰਜ ਕੰਮ ਜ਼ਰੂਰ ਕਰਨੇ ਨੇ ਕਿ ਤਰੱਕੀ ਵੱਲ ਆਪਾਂ ਆਪਣੇ ਆਪ ਵੱਧ ਜਾਣਾ ਹੈ